ਅੱਜ ਮੈਂ ਆਪ ਜੀ ਦੇ ਸਾਹਮਣੇ ਮਹਾਨ ਸ਼ਹੀਦ ਸ਼ਹੀਦ ਊਧਮ ਸਿੰਘ ਬਾਰੇ ਕਵਿਤਾ ਸੁਣਾਉਣ ਜਾ ਰਿਹਾ ਹਾਂ ਕਿ ਰੋਲਟ ਐਕਟ ਦੇ ਕਾਲੇ ਕਾਨੂੰਨ ਵਾਲੀ ਰੋਲਟ ਐਕਟ ਦੇ ਕਾਲੇ ਕਾਨੂੰਨ ਵਾਲੀ ਚਰਚਾ ਫੈਲੀ ਸੀ ਸਾਰੇ ਜਹਾਨ ਅੰਦਰ, ਅਫਰਾ ਤਫਰੀ ਦਾ ਸੀ ਮਾਹੌਲ ਬਣਿਆ ਹਰ ਥਾਂ ਉੱਤੇ, ਹਿੰਦੁਸਤਾਨ ਅੰਦਰ ਰੋਹ ਭਰੀ ਜਵਾਲਾ ਸੀ ਭੜਕ ਉੱਠੀ, ਬੱਚੇ ਬੁੱਢੇ ਤੇ ਨੌਜਵਾਨ ਅੰਦਰ, ਅੰਮ੍ਰਿਤਸਰ ਚ ਇਹਦੇ ਖਿਲਾਫ ਲੋਕਾਂ ਜਲਸੇ ਕੀਤੇ ਸਨ ਹਰ ਮੈਦਾਨ ਅੰਦਰ, ਤੋ ਕਰਕੇ ਫੌਜ ਹਵਾਲੇ ਫਿਰ ਫੈਰ ਸਾਰਾ ਕਰਕੇ ਫੌਜ ਹਵਾਲੇ ਫਿਰ ਸ਼ਹਿਰ ਸਾਰਾ, ਤੇਲ ਬਲਦੀ ਤੇ ਪਾਇਆ ਸੀ ਗੋਰਿਆਂ ਨੇ, ਜਲਿਆਂ ਵਾਲੇ ਦੇ ਬਾਗ ਵਿੱਚ ਹੋ ਦਾਖਲ, ਮਾਰੂ ਸੋਹਲੇ ਨੂੰ ਗਾਇਆ ਸੀ ਗੋਰਿਆਂ ਨੇ, ਜਨਰਲ ਡਾਇਰ ਦੇ ਹੁਕਮ ਦੇ ਨਾਲ ਉੱਥੇ ਤਾਂਡਵ ਨਾਚ ਨਚਾਇਆ ਸੀ ਗੋਰਿਆਂ ਨੇ, ਵਾਛੜ ਗੋਲੀਆਂ ਦੀ ਕਰਕੇ ਦਿਨ ਦੀਵੀ ਕੈਰ ਅੰਤਾਂ ਦਾ ਢਾਇਆ ਸੀ ਗੋਰਿਆਂ ਨੇ, ਵਾਛੜ ਗੋਲੀਆਂ ਦੀ ਕਰਕੇ ਦਿਨ ਦੀਵੀ ਕੈਰ ਅੰਤਾਂ ਦਾ ਢਾਇਆ ਸੀ ਗੋਰਿਆਂ ਨੇ। ਊਧਮ ਸਿੰਘ ਨੇ ਅੱਖਾਂ ਦੇ ਨਾਲ ਤੱਕਿਆ, ਊਧਮ ਸਿੰਘ ਨੇ ਅੱਖਾਂ ਦੇ ਨਾਲ ਤੱਕਿਆ, ਖੂਨੀ ਸਾਕਾ ਏ ਉਸ ਸਥਾਨ ਉੱਤੇ, ਚਾਰੇ ਪਾਸੇ ਹੀ ਲੋਥਾਂ ਦੇ ਢੇਰ ਤੱਕ ਕੇ, ਡੂੰਘਾ ਅਸਰ ਸੀ ਹੋਇਆ ਜਵਾਨ ਉੱਤੇ, ਆ ਕੇ ਰੋਹ ਦੇ ਵਿੱਚੋਂ ਕਹਿਣ ਲੱਗਾ ਹਮਲਾ ਹੋਇਆ ਏ ਦੇਸ਼ ਦੀ ਆਨ ਉੱਤੇ, ਬਦਲਾ ਖੂਨ ਦਾ ਖੂਨ ਦੇ ਨਾਲ ਲੈਣਾ ਮੈਂ ਹੁਣ ਖੇਡ ਕੇ ਆਪਣੀ ਜਾਨ ਉੱਤੇ, ਬਦਲਾ ਖੂਨ ਦਾ ਖੂਨ ਦੇ ਨਾਲ ਲੈਣਾ ਮੈਂ ਹੁਣ ਖੇਡ ਕੇ ਆਪਣੀ ਜਾਨ ਉੱਤੇ। ਉਹਨੇ ਸ਼ਹੀਦਾਂ ਦੇ ਲਹੂ ਦੇ ਨਾਲ ਰੰਗੀ, ਉਹਨੇ ਸ਼ਹੀਦਾਂ ਦੇ ਲਹੂ ਦੇ ਨਾਲ ਰੰਗੀ, ਮਿੱਟੀ ਮੁੱਠੀ ਦੇ ਵਿੱਚ ਉਠਾ ਕੇ ਤੇ ਉਸੇ ਵੇਲੇ ਹੀ ਉੱਥੇ ਪ੍ਰਣ ਕੀਤਾ ਬਦਲਾ ਲੈਣਾ ਹੈ ਦੁਸ਼ਟ ਮੁਕਾ ਕੇ, ਤੇ ਉਸੇ ਵੇਲੇ ਹੀ ਉੱਥੇ ਉਸ ਪ੍ਰਣ ਕੀਤਾ ਆ ਬਦਲਾ ਲੈਣਾ ਹੈ ਦੁਸ਼ਟ ਮੁਕਾ ਕੇ, ਤੇ ਜਨਰਲ ਡਾਇਰ ਅਤੇ ਅਡਵਾਇਰ ਤਾਈਂ ਸਿੱਧੇ ਨਰਕਾਂ ਦੇ ਵਿੱਚ ਪਹੁੰਚਾ ਕੇ, ਤੇ ਇੱਕੋ ਇੱਕ ਮਕਸਦ ਮੇਰੀ ਜ਼ਿੰਦਗੀ ਦਾ ਪੂਰਾ ਕਰਨਾ ਹੈ ਜੀਵਨ ਲਗਾ ਕੇ, ਤੇ ਇੱਕੋ ਇੱਕ ਮਕਸਦ ਮੇਰੀ ਜ਼ਿੰਦਗੀ ਦਾ ਪੂਰਾ ਕਰਨਾ ਹੈ ਜ਼ਿੰਦਗੀ ਲਾ ਕੇ, ਤੇ ਆਪਣੇ ਦਿਲ ਦੀ ਕਰਨ ਲਈ ਰੀਝ ਪੂਰੀ, ਆਪਣੇ ਦਿਲ ਦੀ ਕਰਨ ਲਈ ਰੀਝ ਪੂਰੀ, ਆਪਣੇ ਆਪ ਨੂੰ ਕੀਤਾ ਤਿਆਰ। ਉਹਨੇ ਭਗਤ ਸਿੰਘ ਤੇ ਸਾਥੀਆਂ ਨਾਲ ਰਲ ਕੇ ਦੇਸ਼ ਭਗਤੀ ਦਾ ਕੀਤਾ ਪ੍ਰਚਾਰ, ਉਹਨੇ ਰਾਮ ਮੁਹੰਮਦ ਸਿੰਘ ਆਜ਼ਾਦ ਬਣ ਕੇ
ਕੀਤੇ ਸੱਤ ਸਮੁੰਦਰ ਸੀ ਪਾਰ ਉਹਨੇ ਤੇ ਲੰਡਨ ਜਾ ਕੇ ਕੀਤਾ ਉਡਵਾਇਰ ਵਾਲਾ 21 ਸਾਲਾਂ ਦੇ ਬਾਅਦ ਸ਼ਿਕਾਰ ਉਹਨੇ ਲੰਡਨ ਜਾ ਕੇ ਕੀਤਾ ਉਡਵਾਇਰ ਵਾਲਾ 21 ਸਾਲਾਂ ਦੇ ਬਾਅਦ ਸ਼ਿਕਾਰ ਉਸਨੇ ਤੇ ਆਇਆ ਮੌਕਾ ਉਹ ਕੈਕਸਟਨ ਹਾਲ ਅੰਦਰ ਆਇਆ ਮੌਕਾ ਉਹ ਕੈਕਸਟਨ ਹਾਲ ਅੰਦਰ ਜਿਹਦੀ ਵਰਿਆਂ ਤੋਂ ਸੀ ਉਡੀਕ ਉਹਨੂੰ ਜਲਿਆਂ ਵਾਲੇ ਦੇ ਬਾਗ ਦੀਆਂ ਪਾਕ ਰੂਹਾਂ ਖਿੱਚ ਕੇ ਲੈ ਗਈਆਂ ਜਲਸੇ ਤੀਕ ਉਹਨੂੰ ਪਹੁੰਚਾ ਪਾ ਕੇ ਵਰਦੀ ਜਰਨੈਲ ਵਾਲੀ ਪਹੁੰਚਾ ਪਾ ਕੇ ਵਰਦੀ ਜਰਨੈਲ ਵਾਲੀ ਤੇ ਸੀਟ ਮਿਲ ਗਈ ਅੱਗੇ ਜੇ ਠੀਕ ਉਹਨੂੰ ਬਦਲਾ ਲੈਣ ਲਈ ਧੁਰ ਦਰਗਾਹ ਵੱਲੋਂ ਮਿਲੀ ਮਾਰਚ ਦੀ 13 ਤਰੀਕ ਉਹਨੂੰ ਬਦਲਾ ਲੈਣ ਲਈ ਧੁਰ ਦਰਗਾਹ ਵੱਲੋਂ ਮਿਲੀ ਮਾਰਚ ਦੀ 13 ਤਰੀਕ ਉਹਨੂੰ ਭਾਸ਼ਣ ਦੇਣ ਲਈ ਜਿਵੇਂ ਉਡਵਾਇਰ ਉੱਠਿਆ ਭਾਸ਼ਣ ਦੇਣ ਲਈ ਜਿਵੇਂ ਉਡਵਾਇਰ ਉੱਠਿਆ ਉਹਨੇ ਫੁੰਡਣ ਦਾ ਉਵੇਂ ਪ੍ਰਬੰਧ ਕੀਤਾ ਦੱਸਣ ਲੱਗਾ ਜਦ ਕਾਲੇ ਉਹ ਕਾਰਨਾਮੇ ਹਮਲਾ ਉਸ ਉੱਤੇ ਪੀ ਕੇ ਦੰਦ ਕੀਤਾ ਦੱਸਣ ਲੱਗਾ ਜਦ ਕਾਲੇ ਉਹ ਕਾਰਨਾਮੇ ਹਮਲਾ ਉਸ ਉੱਤੇ ਪੀ ਕੇ ਦੰਦ ਕੀਤਾ ਤਾੜ ਤਾੜ ਪਿਸਤੌਲ ਚੋਂ ਕਰ ਫਾਇਰਿੰਗ ਉਹਦਾ ਬੋਲਣਾ ਸਦਾ ਲਈ ਬੰਦ ਕੀਤਾ ਤੇ ਜ਼ਾਲਮ ਸਿੱਧਾ ਹੀ ਨਰਕਾਂ ਨੂੰ ਚੱਲਿਆ ਜੇ ਉੱਚੀ ਗਰਜ ਕੇ ਨਾਰਾ ਬੁਲੰਦ ਕੀਤਾ ਜ਼ਾਲਮ ਸਿੱਧਾ ਹੀ ਨਰਕਾਂ ਨੂੰ ਚੱਲਿਆ ਜੇ ਉੱਚੀ ਗਰਜ ਕੇ ਨਾਰਾ ਬੁਲੰਦ ਕੀਤਾ ਤੋ ਜ਼ਲਿਆਂ ਵਾਲੇ ਦੇ ਬਾਗ ਦਾ ਲਿਆ ਬਦਲਾ ਜਲਿਆਂ ਵਾਲੇ ਦੇ ਬਾਗ ਦਾ ਲਿਆ ਬਦਲਾ ਇੰਤਜ਼ਾਰ ਜੀ ਦਾ 21 ਸਾਲ ਕੀਤਾ ਭਾਰਤ ਭਰ ਚ ਖੁਸ਼ੀ ਦੀ ਲਹਿਰ ਦੌੜੀ ਊਧਮ ਸਿੰਘ ਨੇ ਕਹਿੰਦੇ ਕਮਾਲ ਕੀਤਾ ਭਾਰਤ ਭਰ ਵਿੱਚ ਖੁਸ਼ੀ ਦੀ ਲਹਿਰ ਦੌੜੀ ਊਧਮ ਸਿੰਘ ਨੇ ਕਹਿੰਦੇ ਕਮਾਲ ਕੀਤਾ ਊਧਮ ਸਿੰਘ ਫਿਰ ਊਧਮ ਮਚਾ ਕੇ ਤੇ ਆਪਣੇ ਜ਼ੁਰਮ ਦਾ ਆਪ ਇਕਬਾਲ ਕੀਤਾ ਕਹਿਣ ਲੱਗਾ ਨਹੀਂ ਮੈਨੂੰ ਕੋਈ ਗਮ ਇਸ ਦਾ ਇਹ ਤਾਂ ਕੰਮ ਮੈਂ ਖੁਸ਼ੀ ਦੇ ਨਾਲ ਕੀਤਾ ਕਹਿਣ ਲੱਗਾ ਨਹੀਂ ਮੈਨੂੰ ਕੋਈ ਗਮ ਇਸ ਦਾ ਇਹ ਤਾਂ ਕੰਮ ਮੈਂ ਖੁਸ਼ੀ ਦੇ ਨਾਲ ਕੀਤਾ ਤੋ ਸਰੋਤਾ ਜਨੋ ਸੁਣ ਕੇ ਮੌਤ ਦੀ ਸਜ਼ਾ ਕਿਹਾ ਜੱਜ ਤਾਈਂ ਸੁਣ ਕੇ ਮੌਤ ਦੀ ਸਜ਼ਾ ਕਿਹਾ ਜੱਜ ਤਾਈਂ ਨਹੀਂ ਮੌਤ ਦੀ ਰਤਾ ਪਰਵਾਹ ਮੈਨੂੰ ਉਹ ਪੂਰਾ ਹੋ ਗਿਆ ਮਕਸਦ ਜ਼ਿੰਦਗੀ ਦਾ ਨਹੀਂ ਜਿਉਣ ਦੀ ਰਹੀ ਕੋਈ ਚਾਹ ਮੈਨੂੰ ਪੂਰਾ ਹੋ ਗਿਆ ਮਕਸਦ ਜ਼ਿੰਦਗੀ ਦਾ ਨਹੀਂ ਜਿਉਣ ਦੀ ਰਹੀ ਕੋਈ ਚਾਹ ਮੈਨੂੰ ਮੈਂ ਬਸ ਚਾਹੁੰਦਾ ਹਾਂ ਦੇਸ਼ ਆਜ਼ਾਦ ਹੋਵੇ ਮੈਂ ਬਸ ਚਾਹੁੰਦਾ ਹਾਂ ਦੇਸ਼ ਆਜ਼ਾਦ ਹੋਵੇ ਨਹੀਂ ਚਾਹੀਦੀ ਕੋਈ ਵਾਹ ਵਾਹ ਮੈਨੂੰ
ਛੇਤੀ ਕਰੋ ਹੁਣ ਦੇਰ ਨਾ ਲਾਓ ਬਹੁਤ ਹੀ ਲਾੜੀ ਮੌਤ ਨਾਲ ਦਿਓ ਵਿਆਹ ਮੈਨੂੰ ਛੇਤੀ ਕਰੋ ਹੁਣ ਦੇਰ ਨਾ ਲਾਓ ਬਹੁਤ ਹੀ ਲਾੜੀ ਮੌਤ ਨਾਲ ਦਿਓ ਵਿਆਹ ਮੈਨੂੰ ਤੋ ਮੇਰੀ ਲਾਸ਼ ਫੜਾ ਦਿਓ ਹਿੰਦੀਆਂ ਨੂੰ ਆ ਮੇਰੀ ਲਾਸ਼ ਫੜਾ ਦਿਓ ਹਿੰਦੀਆਂ ਨੂੰ ਅੰਤਮ ਇੱਛਾ ਇਹ ਜੱਜ ਨੂੰ ਦੱਸਿਆ ਸੀ ਆਖਰ ਕਰਕੇ ਦਾਰ ਤੇ ਖੜਾ ਉਹਨੂੰ ਰੱਸਾ ਫਾਂਸੀ ਦਾ ਗਲੇ ਵਿੱਚ ਕੱਸਿਆ ਸੀ ਭਾਰਤ ਮਾਤਾ ਦੀ ਮੁੱਖ ਚੋਂ ਜੈ ਕਹਿ ਕੇ ਖਿੜ ਖਿੜਾ ਕੇ ਸੂਰਮਾ ਹੱਸਿਆ ਸੀ ਉਹ ਵੱਧ ਗਿਆ ਸੀ ਖੁਸ਼ੀ ਨਾਲ ਭਾਰ ਉਸਦਾ ਜਦੋਂ ਮੌਤ ਮਰ ਜਾਣੀ ਨੇ ਦੱਸਿਆ ਸੀ ਵੱਧ ਗਿਆ ਸੀ ਖੁਸ਼ੀ ਨਾਲ ਭਾਰ ਉਸਦਾ ਜਦੋਂ ਮੌਤ ਮਰ ਜਾਣੀ ਨੇ ਦੱਸਿਆ ਸੀ ਤੋ ਇਸ ਕਵਿਤਾ ਦਾ ਆਖਰੀ ਬੰਦ ਊਧਮ ਸਿੰਘ ਸਰਦਾਰ ਸ਼ਹੀਦ ਹੋ ਕੇ ਊਧਮ ਸਿੰਘ ਸਰਦਾਰ ਸ਼ਹੀਦ ਹੋ ਕੇ ਨੀਂਦਰ ਸਦਾ ਦੀ ਸੌ ਗਿਆ ਦੇਸ਼ ਖਾਤਰ ਲੱਗਾ ਦਾਗ ਗੁਲਾਮੀ ਦਾ ਵਤਨ ਮੱਥੇ ਆਪਣੇ ਖੂਨ ਨਾਲ ਧੋ ਗਿਆ ਦੇਸ਼ ਖਾਤਰ ਲੇਖੇ ਦੇਸ਼ ਆਜ਼ਾਦੀ ਦੇ ਜਿੰਦ ਲਾ ਕੇ ਲਹੂ ਜਿਗਰ ਦਾ ਚੋ ਗਿਆ ਦੇਸ਼ ਖਾਤਰ ਜਾਚਕ ਵਿੱਚ ਸੁਨਾਮ ਦੇ ਜਨਮ ਲੈ ਕੇ ਅਮਰ ਸਦਾ ਲਈ ਹੋ ਗਿਆ ਦੇਸ਼ ਖਾਤਰ ਜਾਚਕ ਵਿੱਚ ਸੁਨਾਮ ਦੇ ਜਨਮ ਲੈ ਕੇ ਅਮਰ ਸਦਾ ਲਈ ਹੋ ਗਿਆ ਦੇਸ਼ ਖਾਤਰ ਅਮਰ ਸਦਾ ਲਈ ਹੋ ਗਿਆ ਦੇਸ਼ ਖਾਤਰ ਅਮਰ ਸਦਾ ਲਈ ਹੋ ਗਿਆ ਦੇਸ਼ ਖਾਤਰ।